ਉਸ ਵੇਲੇ ਇਹ ਆਉਂਦਾ ਸੀਗਾ ਕਿ ਆਉਣ ਵਾਲੇ ਸਮੇਂ 'ਚ ਜੇ ਨਾ ਮੰਨੇ ਤਾਂ ਇੱਦਾਂ ਹੋ ਜੂਗੀ। ਹੁਣ ਤਾਂ ਹੋ ਗਈ, ਤਾਂ ਸ਼ੁਰੂ ਹੋ ਗਿਆ। ਅਤੇ ਜੇਕਰ ਹੁਣ ਵੀ ਇਧਰਲੇ ਬੰਨੇ ਸਾਡਾ ਧਿਆਨ ਨਹੀਂ ਜਾਂਦਾ ਤਾਂ ਕੀ ਸਾਡੀ ਖੇਤੀ ਕਿਵੇਂ ਬਚੂਗੀ, ਸਾਡਾ ਭਵਿੱਖ ਕਿਵੇਂ ਬਚੂਗਾ? ਬਸ ਇਹ ਚਿੰਤਾ ਇਕੱਲੇ ਇਹ ਸਾਡੇ ਪੰਜਾਬ ਦੀ ਨਹੀਂ, ਭਾਰਤ ਨਹੀਂ, ਦੁਨੀਆਂ ਦੀ, ਸਾਰੇ ਵਿਸ਼ਵ ਦੀ ਚਿੰਤਾ। ਅਤੇ ਚਿੰਤਾ ਤਾਂ ਹੀ ਦੂਰ ਹੋਜੂ ਜੇ ਇਹਦੇ 'ਤੇ ਚਿੰਤਨ ਹੋਵੇ, ਇਹ ਗੱਲ ਸਾਡੇ ਧਿਆਨ ਦੇ ਵਿੱਚ ਆਵੇ। ਸੋ ਪੰਜਾਬ ਦੀ ਧਰਤੀ, ਪੰਜਾਬ ਦਰਿਆਵਾਂ ਦੀ ਧਰਤੀ, ਪਾਣੀਆਂ ਦੀ ਧਰਤੀ ਦੇ ਉੱਤੇ ਇਹ ਭਵਿੱਖ ਬਾਣੀਆਂ ਹੋਣ, ਸਾਡੀ ਚਿੰਤਾ ਹੋਣੀ ਚਾਹੀਦੀ। ਇਸ ਵਾਸਤੇ ਜਿਹੜੀ ਹੈਗੀ, ਅਸੀਂ ਤਾਂ ਲਗਾਤਾਰ ਬਾਬੇ ਨਾਨਕ ਨੇ ਜੋ ਉਪਦੇਸ਼ ਸਾਨੂੰ ਦਿੱਤਾ, ਸਤਿਗੁਰੂ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਰੀ ਦਿਵਸ ਰਾਤ ਦੇ ਦਾਈ ਦਾ ਖੇਲੇ ਸਕਣ ਦਾ, ਅੱਜ ਉਹਨਾਂ ਦੇ ਉਪਦੇਸ਼ ਦੇ ਅਮਲੀ ਰੂਪ 'ਚ ਅਪਣਾਇਆ ਹੁੰਦਾ। ਅੱਜ ਪੰਜਾਬ ਜਿਹੜਾ ਹੈਗਾ ਦੁਨੀਆਂ ਦੇ ਵਿੱਚ ਐਜ਼ ਏ ਇਨਵਾਇਰਮੈਂਟ, ਇਹ ਜਿਹੜਾ ਹੈਗਾ ਦੁਨੀਆਂ ਦੇ ਨਾਲੋਂ ਵੱਖਰਾ ਹੁੰਦਾ। ਪਰ ਅਫਸੋਸ ਹੈ ਕਿ ਅਸੀਂ ਉਹਨਾਂ ਦੀ ਗੱਲਾਂ ਨੂੰ ਅਪਣਾਇਆ ਨਹੀਂ, ਇਸੇ ਕਰਕੇ ਪਾਣੀ ਬਾਰੇ ਭਵਿੱਖੋ ਬਾਰੇ ਬੜੀ ਪਾਣੀ ਅਸੀਂ ਗੰਦੇ ਕਰਤੇ, ਪਾਣੀ ਨੂੰ ਜਿਹੜਾ ਹੈਗਾ ਡੂੰਘੇ ਚਲੇ ਗਏ, ਪਾਣੀ ਜਿਹੜੀ ਚਿੰਤਾ ਹੈਗੀ ਇਹ ਸਾਰੀ ਪਾਣੀ ਦੇ ਨਾਲ ਆ, ਸਾਡਾ ਜੀਵਨ ਪਾਣੀ ਦੇ ਨਾਲ, ਤਿੰਨਾਂ ਤੱਤਾਂ ਦੇ ਨਾਲ ਆ, ਅਸੀਂ ਤਿੰਨਾਂ ਤੱਤਾਂ ਨੂੰ ਪ੍ਰਦੂਸ਼ਿਤ ਕਰੀ ਜਾ ਰਹੇ। ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ, ਅਤੇ ਚਿੰਤਨ ਹੋਣਾ ਚਾਹੀਦਾ ਸਾਰੀਆਂ ਪੋਲੀਟੀਕਲ ਪਾਰਟੀਆਂ, ਕਿਉਂਕਿ ਕੋਈ ਚੀਜ਼ ਦਾ ਹੱਲ ਤਾਂ ਹੀ ਹੁੰਦਾ ਨਾ ਕਿ ਜੇ ਉਹਨਾਂ ਦੀ ਚਿੰਤਾ ਦਾ ਵਿਸ਼ਾ ਬਣੇ, ਉਹ ਤਾਂ ਹੀ ਬਣਨ, ਲੋਕ ਵੀ ਮੰਗਣ ਵੀ ਸਾਨੂੰ ਹਵਾ ਪਾਣੀ ਚਾਹੀਦਾ, ਲੋਕ ਵੀ ਨਹੀਂ ਮੰਗਦੇ ਇਸੇ ਕਰਕੇ। ਅਤੇ ਸਾਡਾ ਹੈਗਾ ਕੋਸ਼ਿਸ਼ ਕਿ ਪੋਲੀਟੀਕਲ ਵਿੱਲ ਬਣੇ, ਅਤੇ ਫਿਰ ਜਦੋਂ ਇੱਛਾ ਸ਼ਕਤੀ ਬਣੂਗੀ ਤਾਂ ਫਿਰ ਹੀ ਇਹ ਮਸਲੇ ਹੱਲ ਹੋਣਗੇ। ਉਹਦੇ ਵਾਸਤੇ ਵੱਡੇ ਕੋਈ ਫੈਸਲੇ ਜਿਹੜੇ ਹੈਗੇ ਉਹਨਾਂ ਨੂੰ ਇੱਛਾ ਸ਼ਕਤੀ ਦੀ ਲੋੜ ਹੈ। ਤੁਹਾਡੀ ਕੰਟਰੀਬਿਊਸ਼ਨ ਇਸ ਪਾਸੇ ਬਹੁਤ ਹੈ, ਅਤੇ ਮੈਂ ਸੋਚਿਆ ਵੀ ਸੰਤ ਤਾਂ ਸਭ ਦੇ ਸਾਂਝੇ ਹੁੰਦੇ ਨੇ, ਤੁਹਾਡੇ ਕੋਲ ਜਾ ਕੇ ਜ਼ਰੂਰ ਆਉਣਾ। ਸਭੇ ਸਾਂਝੀ ਬਾਲ ਸਦਾ ਕੋਈ ਨਹੀਂ ਸੁਣਾ, ਅਸੀਂ ਪਹਿਲਾਂ ਹੀ ਬੜਾ ਪਿਆਰ ਦਿੱਤਾ। ਤੁਸੀਂ ਤਾਂ ਪਾਰਟੀਵਾਦੀ ਤੋਂ ਉੱਪਰ ਹੈ, ਪਾਰਟੀ ਦਾ ਤੁਹਾਡੇ ਥੱਲੇ ਰਹਿ ਜਾਂਦੀ ਹੈ, ਤੁਹਾਡੀ ਸੋਚ ਉਸ ਤੋਂ ਉੱਪਰ ਹੈ, ਤੁਹਾਡੀ ਸਿਹਤ ਉਸ ਤੋਂ ਵੱਡੀ ਹੈ। ਬਹੁਤ ਬਹੁਤ ਦੁਨੀਆ ਭਰ ਦੇ ਵਿੱਚ ਜੋ ਪਿਆਰ ਦਿੱਤਾ ਉਹ ਤਾਂ ਕਹਿ ਨਹੀਂ ਸਕਦੇ। ਕੋਈ ਅਸੀਂ ਕਹਿੰਦੇ ਧੰਨਵਾਦ ਹੈ ਕਿ ਉਹਨਾਂ ਨੇ, ਕਿਉਂਕਿ ਵੈਸੇ ਰਾਜ ਸਭਾ ਤਾਂ ਹੁੰਦੀ ਵੈਸੇ ਉਹਨਾਂ ਲੋਕਾਂ ਦੀ ਹੈ ਜਿਹਨਾਂ ਨੇ ਸਮਾਜ ਵਿੱਚ ਕੁਛ ਕੀਤਾ। ਉਸਦੇ ਰੂਪ ਦੇ ਵਿੱਚ ਉਹਨਾਂ ਦਾ ਕੋਈ ਨਹੀਂ ਕਿ ਸਾਨੂੰ ਪੁੱਛੇ ਕੋਈ, ਅਸੀਂ ਕਦੇ ਜੀਵਨ 'ਚ ਨਹੀਂ ਸੋਚਿਆ ਸੀ ਵੀ ਅਸੀਂ ਰਾਜ ਸਭਾ ਜਾਣਾ, ਕਿਉਂਕਿ ਉਹਨੇ ਸੋਚਿਆ ਹੀ ਨਹੀਂ। ਪਰ ਉਹਨਾਂ ਦਾ ਇਹ ਕਨਵਿੰਸ ਕਰਨਾ, ਬਾਬਾ ਜੀ ਤੁਸੀਂ ਨਹੀਂ ਜਾਓਗੇ ਕੋਈ ਹੋਰ ਜਾਊਗਾ, ਪਰ ਆਹ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਕਿਸੇ ਨੇ ਨਹੀਂ ਕਰਦੀਆਂ। ਸੋ ਅੱਜ ਲੋੜ ਤਾਂ ਹੈ ਕਿ ਉੱਥੇ ਜੇ ਚੰਗੇ ਬੰਦੇ ਜਾਣਗੇ ਤਾਂ ਉੱਥੇ ਕੋਈ ਗੱਲ ਕਰਨਗੇ, ਸਮਾਜ ਦੀ ਗੱਲ ਕਰਨਗੇ। ਸੋ ਹੁਣ ਤੱਕਰ ਚਲੋ ਅਸੀਂ ਧੰਨਵਾਦ ਕਰਦੇ ਹਾਂ ਉਹਦੇ ਨਾਲ, ਕੁਛ ਇਹੋ ਜਿਹੇ ਮੁੱਦੇ ਜਿਹੜੇ ਹੈਗੇ ਆ, ਕੁਛ ਇਹੋ ਜਿਹੇ ਕਾਰਜ ਆ ਜਿਹੜੇ ਹੋ ਸਕਦਾ ਕਿ ਅਸੀਂ ਉਹ ਮੈਂਬਰ ਪਾਰਲੀਮੈਂਟ ਬਣੇ ਹਾਂ, ਉਹਦੇ ਨਾਲ ਉਹ ਕਾਫੀ ਜਿਹੜੀਆਂ ਗੱਲਾਂ ਜਿਹੜੀਆਂ ਹੋ ਸਕਦਾ ਅਸੀਂ ਕਹਿੰਦੇ ਸੀ, ਅਸੀਂ ਹਰ ਇਲੈਕਸ਼ਨ 'ਤੇ ਸੀ। ਹੁਣ ਤੁਹਾਨੂੰ ਉਹ ਮੌਕਾ ਵੀ ਮਿਲਿਆ, ਕੁਛ ਅਸੀਂ ਕੋਸ਼ਿਸ਼ ਵੀ ਕੀਤੀ ਹੈ। ਨਹੀਂ, ਜਿਸ ਤਰ੍ਹਾਂ ਤੁਸੀਂ ਜਨੂੰਨੀ ਤੌਰ 'ਤੇ ਜੁੜੇ ਹੋਏ ਹੈ ਤਾਂ ਤੁਹਾਡੇ ਵਰਗੇ ਸੰਤ ਮਹਾਂਪੁਰਸ਼ ਦੀ ਲੋਕ ਵੀ ਸੁਣਦੇ ਆ ਅਤੇ ਅੱਗੇ ਵੀ ਆਉਣਾ ਚਾਹੀਦਾ। ਵੱਡਾ ਕਿਸੇ ਨੇ ਵਿਰੋਧ ਵੀ ਇਸੇ ਕਰਕੇ ਨਹੀਂ ਕੀਤਾ, ਕੋਈ ਤੁਹਾਡੇ ਨਾਲ ਹੈ, ਮੈਂ ਇੱਥੇ ਅੱਜ ਤੁਹਾਡੇ ਕੋਲ ਬੈਠਾ, ਇਹਦਾ ਇਹੀ ਕਾਰਨ ਹੈ ਕਿ ਜੇ ਤੁਸੀਂ ਸਭ ਦੇ ਸਾਂਝੇ ਹੋ ਅਤੇ ਸਭ ਦੇ ਨਾਲ ਗੱਲ ਕਰਦੇ ਹੋ। ਲਾਡੀ ਸਾਹਿਬ ਤੁਹਾਡੀ ਬਹੁਤ ਸਿਫਤ ਕਰਦੇ ਅਤੇ ਮੈਂ ਤਾਂ ਤੁਹਾਡੇ ਨਾਲ ਮਿਲ ਕੇ 550 ਸਾਲੇ 'ਚ ਕੰਮ ਕੀਤਾ, ਦੇਖਿਆ ਤੁਹਾਨੂੰ। ਚਲੋ ਮਹਾਰਾਜ ਨੇ ਸਮਾਂ ਦਿੱਤਾ, ਕਿਉਂਕਿ ਅੱਜ ਬਹੁਤ ਵੱਡੀ ਲੋੜ ਹੈ ਸਮਾਜ ਨੂੰ,
ਕਿ ਲੋਕ ਆਸ ਕਰਦੇ ਆ, ਚਾਹੇ ਕੋਈ ਵੀ ਲੀਡਰ ਸਾਹਿਬਾਨਾ ਜਾਂ ਕੋਈ ਮਹਾਂਪੁਰਸ਼ ਆ ਅਤੇ ਕੋਈ ਹਰ ਲੋਕਾਂ ਦੀ ਆਸਾਂ ਅਤੇ ਬਹੁਤ ਵੱਡੀਆਂ ਆਸਾਂ ਜਿਹੜੀਆਂ ਹੈਗੀਆਂ ਜਿਹੜੀਆਂ ਅਸੀਂ ਕਈ ਵਾਰੀ ਉਹ ਬਹੁਤ ਜ਼ਿਆਦਾ ਸਾਡੇ ਹੁੰਦੇ ਆ ਅਤੇ ਉਹਨਾਂ ਦੇ ਉੱਤੇ ਜਦੋਂ ਨਹੀਂ ਚੱਲ ਹੁੰਦਾ, ਕਿਉਂਕਿ ਹਰ ਚੀਜ਼ ਦੀ ਜਿਹੜੀ ਹੈਗੀ ਆ ਕਪੈਸਿਟੀ ਆ, ਅਸੀਂ ਪੰਜਾਬ ਦੇ ਵਿੱਚ ਕੀ ਕਰ ਸਕਦੇ, ਉਹਦਾ ਸਾਡੇ ਕੋਲ ਖਜ਼ਾਨਾ ਕਿੰਨਾ ਕੀ ਹੈਗਾ, ਜਦੋਂ ਅਸੀਂ ਬਹੁਤ ਕੁਛ ਕਰਦੇ ਹੁੰਦੇ ਉਹ ਚੀਜ਼ਾਂ ਨਹੀਂ ਆਉਂਦੀਆਂ, ਲੋਕਾਂ ਦਾ ਵਿਸ਼ਵਾਸ ਟੁੱਟਦਾ। ਸੋ ਇਸ ਵਾਸਤੇ ਸਾਨੂੰ ਇਹ ਕਿੰਨੇ ਕੁ ਜਿਹੜੀਆਂ ਚੀਜ਼ਾਂ ਚੋਣ ਮੈਨੀਫੈਸਟੋ ਵੀ ਆ, ਸਾਡੇ ਵਾਅਦੇ ਵੀ ਆ, ਉਹ ਓਨੇ ਕੁ ਹੋਣੇ ਚਾਹੀਦੇ ਜਿੰਨੇ ਕੁ ਅਸੀਂ ਪੂਰੇ ਕਰ ਸਕੀਏ, ਜਾਂ ਜਿਹੜੇ ਹੈਗੇ ਆ ਸਾਡੇ ਜਿਹੜੇ ਚੋਣ ਮੈਨੀਫੈਸਟੋ ਆ ਕਾਨੂੰਨਾਂ ਨੇ ਹੋਣ, ਕਿਉਂਕਿ ਲੋਕ ਕਈ ਵਾਰੀ ਜਿਹੜੀ ਹੈਗੀ ਹੈ ਆਸਾ ਰੱਖਦੇ, ਜਿੰਨਾ ਕੁ ਆਪਾਂ ਜਿਹੜਾ ਅਤੇ ਲੋਕਤੰਤਰ ਦੇ ਵਿੱਚ ਸਾਨੂੰ ਤਾਂ ਦੱਸੀ ਨਾ ਕਿ ਜਦੋਂ ਅਸੀਂ ਪਹਿਲੀ ਵਾਰੀ ਪਿੰਡ ਦੇ ਸਰਪੰਚ, ਸਾਨੂੰ 10 ਸਾਲ ਸਰਪੰਚ ਬਣਾਇਆ ਸੀ, ਕੁਛ ਨਹੀਂ ਬਣਨਾ ਚਾਹੁੰਦੇ, ਕਹਿੰਦੇ ਬਾਬਾ ਜੀ ਤੁਹਾਨੂੰ ਬਣਾਉਣਾ, ਪਰ ਅਸੀਂ ਪਹਿਲੀ ਵਾਰੀ ਜਦੋਂ ਬਣੇ ਤਾਂ ਅਸੀਂ ਪਿੰਡ 'ਚੋਂ ਜਿਹੜੇ ਹੈਗੇ ਬੂਥ ਖਤਮ ਕੀਤੇ, ਇੱਕੋ ਬੂਥ ਲੱਗੂ ਇੱਕ ਪੰਚਾਇਤ ਦਾ, ਵੋਟ ਤੁਸੀਂ ਜਿਹਨੇ ਮਰਜ਼ੀ ਪਾਓਗੇ, ਜੇ ਕੋਈ ਤੁਹਾਨੂੰ ਘਰ ਆਣ ਕੇ ਦਬਕਾਵੇ ਅਸੀਂ ਪਿੱਛੇ, ਪਰ ਬੂਥ ਕਿਸੇ ਦਿਨ ਤੁਸੀਂ ਆਪਣਾ ਪਿਆਰ ਨਹੀਂ ਮੰਨਣਾ, ਤੁਸੀਂ ਇਕੱਠੇ ਰਹਿ ਕੇ ਫਿਰ ਇਲੈਕਸ਼ਨ ਕਮਿਸ਼ਨ ਨੇ ਵੀ ਉਹ ਚੀਜ਼ ਨੂੰ ਅਸੀਂ ਉਹਨਾਂ ਧੰਨਵਾਦ ਹੋ ਗਏ, ਕਿਉਂਕਿ ਲੋਕਾਂ ਦੀਆਂ ਆਸਾਵਾਂ ਕਿ ਬਾਬਾ ਜੀ ਤੁਸੀਂ ਕੁਛ ਕਰੋਗੇ, ਕਿਉਂਕਿ ਹੁਣ ਤੱਕਰ ਵੀ ਜੋ ਕੁਛ ਵੀ ਆ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ, ਕਿਉਂਕਿ ਹਰ ਬੰਦਾ ਜਿਹੜਾ ਹੈਗਾ ਜੋ ਕੁਛ ਵੀ ਹੈ ਸਾਂਝੇ ਸਾਰਿਆਂ ਵਾਸਤੇ ਕੀਤਾ, ਸਮਾਜ ਵਾਸਤੇ ਕੀਤਾ, ਅਸੀਂ ਹੁਣ ਤੱਕਰ ਕਦੇ ਸਾਰੇ ਮੁੱਖ ਮੰਤਰੀਆਂ ਸਾਹਿਬ ਨੂੰ, ਪ੍ਰਧਾਨ ਮੰਤਰੀ ਨੂੰ ਮਿਲਦੇ ਰਹੇ, ਇੱਕ ਵੀ ਕਦੇ ਫੋਨ ਕਿਸੇ ਨੂੰ ਕੀਤਾ ਹੋਵੇ ਸਾਡਾ ਪਰਸਨਲੀ, ਜਾਂ ਅਸੀਂ ਕਹੀਏ ਵੀ ਇੰਨੇ ਬੰਦੇ ਅਸੀਂ ਰਖਾ ਦਿੱਤੇ, ਅਸੀਂ ਕੋਈ ਨਹੀਂ ਰਖਾ, ਜੇ ਅਗਰ ਖਾਵਾਂਗੇ ਤਾਂ ਇੱਕ ਵਾਰ ਕਢਾਵਾਂਗੇ ਵੀ ਤਾਂ ਸਹੀ ਕਿ ਨਹੀਂ। ਸੋ ਅਸੀਂ ਇਹੋ ਜਿਹੀ ਚੀਜ਼, ਸਾਡੇ ਕੋਲ ਇਹੋ ਜਿਹੀ ਕੋਈ ਲਾਈਨ ਵੀ ਨਹੀਂ ਲੱਗਦੀ, ਗਲਤ ਬੰਦੇ ਨੇ ਸਾਡੇ ਕੋਲ ਆਉਣੇ ਸੀ ਤਾਂ ਅਸੀਂ ਆਪ ਫੋਨ ਚੱਕਦੇ ਜਦੋਂ ਮਰਜ਼ੀ ਸਾਨੂੰ ਫੋਨ ਕਰੀਏ। ਸੋ ਕੁਛ ਜਿਹੜਾ ਹੈਗਾ, ਕਿਉਂਕਿ ਹਰ ਇੱਕ ਬੰਦੇ ਨੂੰ ਅਸੀਂ ਕੋਈ ਨਵੇਂ ਤਾਂ ਇੱਥੇ ਆਏ ਨਹੀਂ, ਇੱਥੇ ਤਾਂ ਅਸੀਂ ਚੱਲ ਦੇ ਸਾਡਾ ਜਨਮ ਆ, ਕਿਉਂਕਿ ਹਰ ਬੰਦੇ ਨੂੰ ਅਸੀਂ ਜਾਣਦੇ, ਹਰ ਬਚਪਨ ਤੋਂ ਜਾਣਦੇ, ਸਾਡੀ ਵੀ ਹੁਣ 62 ਸਾਲ ਦੀ ਉਮਰ ਹੋ ਗਈ, ਸੱਚੇ ਆਇਓ ਸਾਨੂੰ ਸਾਡੀ ਸਿੰਘ ਦੇ ਥੋੜ੍ਹਾ ਜਿਹਾ ਕਿਰਪਾ ਕਰਦੇ ਸਾਡੇ ਤੇ, ਥੋੜ੍ਹਾ ਜਿਹਾ ਨੱਕਾ ਸਾਡੇ ਕਦੇ ਨਾ ਮੋੜ ਲਿਓ। ਸਭ ਤੋਂ ਜ਼ਿਆਦਾ ਮਾੜਾ ਸੀ ਲੈਦਰ ਕੰਪਲੈਕਸ ਮਿਲਟੀ, ਉਹਦੇ ਤਿੰਨੇ ਚੱਲ ਪਿਆ, ਉਹਦੇ ਨਾਲ ਜਦੋਂ ਪਾਣੀ ਚੱਲ ਪਿਆ, ਪਹਿਲੀ ਗੱਲ ਤਾਂ ਜਿਹੜੇ ਪਾਣੀ ਕਾਲਾ ਸਿੰਘ ਡਰੇਨ ਵਾਲੇ ਆ, ਉਹ ਇੱਕ 10 ਕਰੋੜ ਰੁਪਈਏ ਦਾ ਪ੍ਰੋਜੈਕਟ ਆ ਜਿਹੜਾ ਆਪਣਾ ਸੋਇਲ ਕੰਜਰਵੇਸ਼ਨ ਵਾਲੇ ਦਾ, ਉਹ ਪਾਣੀ ਖੇਤੀ ਨੂੰ ਲੱਗੂਗਾ, ਜੇ ਨਾ ਲੱਗੇ ਫਿਰ ਇਹਦੇ ਵਿੱਚ ਸੌ ਕੁਛ ਪਾਣੀ ਦੇ ਵਿੱਚ ਉਹ ਜਿਹੜਾ ਹੈਗਾ ਉਹਦੇ ਵਿੱਚ ਟ੍ਰੀਟਡ ਹੋਊਗਾ ਪਾਣੀ। ਕਿਉਂਕਿ ਸਭ ਤੋਂ ਵੱਡੀ ਜਿਹੜੀ ਕਹਿੰਦਾ ਕਿ ਇਹ ਐਡੀ ਵੱਡੀ ਕਲੰਕ ਸੀਗਾ ਕਿ ਲੋਕਾਂ ਦੇ ਰਿਸ਼ਤੇ ਬੰਦ ਹੋ ਗਏ ਸੀ ਕਾਲਾ ਸਿੰਘ ਡਰੇਨ ਦੇ ਕੰਢੇ, ਕਿਉਂਕਿ ਇੰਨੀ ਬਦਬੂ ਮਾਰਦੀ ਸੀ, ਜਦੋਂ ਨਾ ਉਹ ਲੈਦਰ ਕੰਪਲੈਕਸ ਦਾ ਪਾਣੀ ਜਿਹੜਾ ਸੀਗਾ ਉਹ ਟ੍ਰੀਟਮੈਂਟ ਪਲਾਂਟ ਚੱਲਦਾ ਨਹੀਂ ਸੀ, ਬਹੁਤ ਲੰਬੇ ਸਮੇਂ ਬਾਈਪਾਸ ਕਰਕੇ ਪਾ ਦਿੰਦੇ ਸੀ ਬਾਬਾ ਜੀ, 2008 'ਚ ਬੰਨ ਲਾਇਆ, 2011 'ਚ ਬੰਨ ਲਾਇਆ। ਜਿੰਨੀ ਰਿਸਰਚ ਹੈ ਨਾ ਇਹਦਾ ਪੰਜਾਬ ਨੂੰ ਬਲਕਿ ਹਿੰਦੁਸਤਾਨ ਨੂੰ ਪੈਦਾ ਚੁੱਕਣਾ ਪੈਣਾ, ਜਿਸ ਤਰ੍ਹਾਂ ਤੁਸੀਂ ਕਹਿੰਦੇ ਨਾ ਬਿੱਲ ਪਾਵਰ ਚਾਹੀਦੀ, ਕਦੇ ਮੌਕਾ ਮਿਲ ਗਿਆ ਸਾਡੇ ਪਾਰਟੀ ਵਾਲਿਆਂ ਨੂੰ ਤਾਂ ਅਸੀਂ ਤੁਹਾਨੂੰ ਚਾਬੀਆਂ ਫੜਾ ਦਿੰਦੇ ਹਾਂ, ਤੁਸੀਂ ਫਿਰ ਜਿਸ ਤਰ੍ਹਾਂ ਮਰਜ਼ੀ ਕਰੀ, ਕਿਉਂਕਿ ਤੁਹਾਡੀ ਸੋਚ ਹੈ ਜਿਹੜੀ ਨਿਸ਼ਕਾਮ ਸੇਵਾ, ਔਰ ਇੱਕ ਜੋ ਗੁਰੂ ਨਾਨਕ ਸਾਹਿਬ ਨੇ ਰਸਤਾ ਦਿਖਾਇਆ ਇਨਵਾਇਰਮੈਂਟ ਨੂੰ ਸਾਫ਼ ਸੁਥਰਾ ਰੱਖਣ ਦਾ, ਔਰ ਜੇ ਇਨਵਾਇਰਮੈਂਟ ਸਾਫ਼ ਸੁਥਰਾ ਹੈ ਤਾਂ ਅੱਗੇ ਨੂੰ ਜੀਵਨ ਸਾਫ਼ ਸੁਥਰਾ ਹੈ, ਲੰਬੇ ਜੀਵਨ ਹੋਣਗੇ, ਲੋਕਾਂ ਦੀ ਸਿਹਤਾਂ ਚੰਗੀਆਂ ਰਹਿਣਗੀਆਂ, ਤਾਂ ਇਹ ਤੁਹਾਡੀ ਤਾਂ ਅਸੀਂ ਅੱਗੇ ਨੂੰ ਵੀ ਤੁਹਾਡੇ ਤੋਂ ਸੇਵਾ ਲੈਣੀ ਹੈ ਜੀ ਸਾਰੇ ਪੰਜਾਬ ਦੇ। ਬਹੁਤ
ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ। ਕ੍ਰਿਟੀਕਲ ਇਹ ਵਰਲਡ ਫੰਡ ਨੇਚਰ ਦੀ ਇੱਕ ਰਿਪੋਰਟ ਆ, ਉਹ 'ਚ ਤਾਂ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਚੰਡੀਗੜ੍ਹ ਸਮੇਤ ਦੇਸ਼ ਦੇ 30 ਜ਼ਿਲ੍ਹੇ ਆ ਜਿਨ੍ਹਾਂ 'ਚ ਪਾਣੀ ਦਾ ਸੰਕਟ ਆ ਜਾਂਦਾ। ਜਲੰਧਰ ਦੇ ਵਿੱਚ ਕਿਆ ਕਰਨਾ ਹੈ, ਬਾਬਾ ਜੀ ਦੇ ਨਾਲ ਮਿਲਵਾਉਣਾ।